ਹੈਲੋ ਸਟੂਡੈਂਟਸ ਆਪਾਂ ਕਰ ਰਹੇ ਸੀ 10th ਕਲਾਸ ਦੀ ਸਾਇੰਸ ਦਾ ਚੈਪਟਰ ਜੀਵਾ ਵਿੱਚ ਪ੍ਰਜਨਨ ਹਾਂਜੀ ਕੱਲ ਆਪਾਂ ਉਸ ਦੇ 10 MCQਸ ਕੀਤੇ ਸੀ ਅੱਜ ਉਸੇ ਚੈਪਟਰ ਨੂੰ ਫੇਰ ਕੰਟੀਨਿਊ ਕਰਦੇ ਹਾਂ ਹਾਂਜੀ 11ਵਾਂ ਕੁਐਸਚਨ ਪ੍ਰਾਗਣਾਂ ਦਾ ਪਰਿਵਹਨ ਜਦੋਂ ਉਸੇ ਫੁੱਲ ਦੇ ਸਟਿਗਮਾ ਉੱਤੇ ਹੁੰਦਾ ਹੈ ਤਾਂ ਉਹ ਕੀ ਕਹਾਉਂਦਾ ਹੈ ਆਪਸ਼ਨ A ਪਰਪਰਾਗਨ ਆਪਸ਼ਨ B ਸਵੈਪਰਾਗਨ ਆਪਸ਼ਨ C ਨਿਸ਼ੇਚਨ ਆਪਸ਼ਨ D ਪੁੰਗਰਨ ਹਾਂਜੀ ਸਹੀ ਉੱਤਰ ਹੈ ਜੀ ਇਸ ਦਾ ਆਪਸ਼ਨ B ਸਵ ਪ੍ਰਾਗਨ ਕੁਐਸਚਨ ਨੰਬਰ 12 ਬੈਕਟੀਰੀਆ ਕਾਰਨ ਕਿਹੜੇ ਜੋਨ ਰੋਗ ਹੋ ਸਕਦੇ ਹਨ ਹਾਂਜੀ ਆਪਸ਼ਨ A ਗੋਨੇਰੀਆ ਆਪਸ਼ਨ B ਸਿਫਿਲਿਸ ਆਪਸ਼ਨ C ਉਪਰੋਕਤ ਦੋਨੋਂ ਆਪਸ਼ਨ D ਉਪਰੋਕਤ ਕੋਈ ਵੀ ਨਹੀਂ ਹਾਂਜੀ ਇਸ ਦਾ ਸਹੀ ਉੱਤਰ ਹੈ ਜੀ ਉਪਰੋਕਤ ਦੋਨੋਂ ਆਪਸ਼ਨ C ਕੁਐਸਚਨ ਨੰਬਰ 13 ਤਣੇ ਜਾਂ ਸ਼ਾਖਾ ਨੂੰ ਕਲਮ ਨਾਲ ਉਗਉਣ ਵਾਲੇ ਪੌਦਿਆਂ ਦੇ ਨਾਮ ਦੱਸੋ ਹਾਂਜੀ ਆਪਸ਼ਨ ਏ ਗੰਨਾ ਆਪਸ਼ਨ ਬੀ ਗੁਲਾਬ ਆਪਸ਼ਨ ਸੀ ਮਹਿੰਦੀ ਆਪਸ਼ਨ ਡੀ ਉਪਰੋਕਤ ਸਾਰੇ ਹਾਂਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਡੀ ਉਪਰੋਕਤ ਸਾਰੇ ਕੁਐਸਚਨ ਨੰਬਰ 14 ਗਤੀਸ਼ੀਲ ਜਨਨ ਸੈੱਲ ਕਿਸ ਨੂੰ ਕਹਿੰਦੇ ਹਨ ਆਪਸ਼ਨ ਏ ਮਾਦਾ ਯੁਗਮਕ ਆਪਸ਼ਨ ਬੀ ਪੁਕੇਸ਼ਰ ਆਪਸ਼ਨ ਸੀ ਨਰ ਯੁਗਮਕ ਆਪਸ਼ਨ ਡੀ ਉਪਰੋਕਤ ਕੋਈ ਨਹੀਂ ਹਾਂਜੀ ਸਹੀ ਉੱਤਰ ਜੀ ਇਸ ਦਾ ਆਪਸ਼ਨ ਸੀ ਨਰ युग्ਮਕ ਹਾਂਜੀ ਕੁਐਸਚਨ ਨੰਬਰ 15 ਮਾਤਾ ਦਾ ਲਹੂ ਭਰੂਣ ਜਾਂ ਗਰਭ ਦੇ ਸਰੀਰ ਵਿੱਚ ਕਿਸ ਰਾਹੀਂ ਆਉਂਦਾ ਜਾਂਦਾ ਰਹਿੰਦਾ ਹੈ ਆਪਸ਼ਨ A ਫੈਲੋਪੀਅਨ ਟਿਊਬ ਆਪਸ਼ਨ B ਬੱਚੇਦਾਨੀ ਆਪਸ਼ਨ C ਅੰਡਕੋਸ਼ ਆਪਸ਼ਨ D ਪਲੇਸੈਂਟਾ ਹਾਂਜੀ ਸਹੀ ਉੱਤਰ ਹੈ ਜੀ ਇਸ ਦਾ ਆਪਸ਼ਨ D ਪਲੇਸੈਂਟਾ ਕੁਐਸਚਨ ਨੰਬਰ 16 ਜਿਸ ਜਨਨ ਸੈੱਲ ਵਿੱਚ ਭੋਜਨ ਸੰਚਿਤ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਨ ਆਪਸ਼ਨ ਏ ਮਾਦਾ ਯੁਗਮਕ ਆਪਸ਼ਨ ਬੀ ਕੁਕੇਸਰ ਆਪਸ਼ਨ ਸੀ ਨਰ ਯੁਗਮਕ ਆਪਸ਼ਨ ਡੀ ਉਪਰੋਕਤ ਕੋਈ ਨਹੀਂ ਹਾਂਜੀ ਸਹੀ ਉੱਤਰ ਹੈ ਜੀ ਇਸ ਦਾ ਆਪਸ਼ਨ ਏ ਮਾਦਾ ਯੁਗਮਕ ਕੁਐਸਚਨ ਨੰਬਰ 17 ਐਸ ਟੀ ਡੀ ਦਾ ਪੂਰਾ ਨਾਮ ਲਿਖੋ ਹਾਂਜੀ ਐਸ ਟੀ ਡੀ ਕੀ ਬਿਮਾਰੀ ਹੈ ਜੀ ਇਸ ਦਾ ਪੂਰਾ ਨਾਮ ਲਿਖਣਾ ਹੈ ਜੀ ਹਾਂਜੀ ਆਪਸ਼ਨ ਏ ਸਿਸਟਮ ਟ੍ਰਾਂਸਮਿਟਡ ਡਿਜ਼ੀਜ਼ ਆਪਸ਼ਨ ਬੀ सेक्सुअली ट्रांसमिटेड डिजीज़ ऑप्शन सी सेक्सुअली ट्रांस ट्रांसफर डिजीज ऑप्शन डी उपरोक्त कोई नहीं हाँ जी सही उत्तर है जी इसका ऑप्शन बी सेक्सुअली ट्रांसमिटेड डिजीज क्वेश्चन नंबर अठारह एक लिंगी फुल नाम दसो ऑप्शन ए पपीता ऑप्शन बी तरबूज ऑप्शन सी दोनों ही ऑप्शन डी उपरोक्त कोई नहीं हाँ जी ਸਹੀ ਉੱਤਰ ਹੈ ਜੀ ਇਸ ਦਾ অপਸ਼ਨ ਸੀ ਦੋਨੋਂ ਹੀ ਪਪੀਤਾ ਤੇ ਤਰਬੂਜ ਦੋਨੇ ਹੀ ਇਕਲਿੰਗੀ ਫੁੱਲ ਹਨ ਕੁਐਸਚਨ ਨੰਬਰ 19 ਇਨ੍ਹਾਂ ਵਿੱਚੋਂ ਕਿਹੜਾ ਮਨੁੱਖ ਵਿੱਚ ਮਾਦਾ ਜਨਨ ਪ੍ਰਣਾਲੀ ਦਾ ਅੰਗ ਨਹੀਂ ਹੈ ਹਾਂਜੀ অপਸ਼ਨ ਏ ਸ਼ਕਰਾਣੂ ਵੈਣੀ অপਸ਼ਨ ਬੀ ਅੰਡਕੋਸ਼ অপਸ਼ਨ ਸੀ ਫੈਲੋਪੀਅਨ ਟਿਊਬ অপਸ਼ਨ ਡੀ ਬੱਚੇਦਾਨੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ অপਸ਼ਨ ਏ ਸ਼ਕਰਾਣੂ ਵੈਣੀ ਕਵੈਸਚਨ ਨੰਬਰ ਬੀ ਸਰਜਰੀ ਦੁਆਰਾ ਇਸਤਰੀਆਂ ਵਿੱਚ ਗਰਭ ਨਿਰੋਧਨ ਕਿਸ ਵਿਧੀ ਰਾਹੀਂ ਰੋਕਿਆ ਜਾਂਦਾ ਹੈ অপਸ਼ਨ ਏ ਨਲ ਬੰਦੀ অপਸ਼ਨ ਬੀ ਨਸ ਬੰਦੀ অপਸ਼ਨ ਸੀ ਝੱਗ ਦੀ ਗੋਲੀ অপਸ਼ਨ ਡੀ ਜੈਲੀ ਹਾਂਜੀ ਸਹੀ ਉੱਤਰ ਹੈ ਜੀ ਇਸ ਦਾ অপਸ਼ਨ ਏ ਨਲ ਬੰਦੀ ਕਵੈਸਚਨ ਨੰਬਰ 21 ਵਾਇਰਸ ਕਾਰਨ ਕਿਹੜੇ ਜੋਨ ਰੋਗ ਹੋ ਸਕਦੇ ਹਨ ਹਾਂਜੀ ਪਹਿਲਾਂ ਬੈਕਟੀਰੀਆ ਕਾਰਨ ਦੇਖੇ ਸੀ ਜੀ ਹੁਣ ਅਸੀਂ ਉਹ ਜਾਣਾਂਗੇ ਜੀ ਵਾਇਰਸ ਦੁਆਰਾ ਕਿਹੜੇ ਰੋਗ ਹੋ ਸਕਦੇ ਹਨ ਹਾਂਜੀ অপਸ਼ਨ A ਵਾਟ অপਸ਼ਨ B AIDS অপਸ਼ਨ C ਦੋਨੋਂ ਹੀ অপਸ਼ਨ D ਉਪਰੋਕਤ ਕੋਈ ਨਹੀਂ ਹਾਂਜੀ ਸਹੀ ਉੱਤਰ ਹੈ ਜੀ ਇਸ ਦਾ অপਸ਼ਨ C ਦੋਨੋਂ ਹੀ ਹਾਂਜੀ ਸਟੂਡੈਂਟਸ ਇਹ ਆਪਣਾ ਚੈਪਟਰ ਸਾਇੰਸ ਦਾ ਕੰਪਲੀਟ ਹੋ ਚੁੱਕਿਆ ਹੈ ਨੈਕਸਟ ਚੈਪਟਰ ਲੈ ਕੇ ਜਲਦੀ ਹੀ ਆਵਾਂਗੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ